जमीन किने ना करा ली फिर? ओदे पोतरे ने तुसी पैसे लाए हैं उन्होंने जमीन वेचने? तो कुछ नहीं किया, घर का गुजारा बहुत औखा चलता जी। तो माता भी मंजे पई है, तो नशा पत्ता छका के इन्होंने तो पहली धक्के मतलब एक किला उन्होंने ना सी गया तो वह ना करा ली। जमीन 25-26 लाख का रेट हैगा जी। आम किन्ने पैसे आया? कोई पैसा जमीन नहीं आया जी। कुछ दिन पहला श्री मुक्तसर साहब च अधिकारियों अते सियासतदानां दी मां लवारिस मिलन उपरंत मौत होण दे मामले च खून दे रिश्तियां च पानी भरिया होण दा प्रमाण साबित होया सी। इह मामला हले शांत होया नहीं सी कि श्री मुक्तसर साहब नेड़ले एक पिंड दे बाहर बने कच्चे खोले वर्गे खंडर नुमा घर च 85 साल अधरंग पीड़ित बजुर्ग औरत सुखदेव कौर, दिमागी असंतुलित अते 50% दिव्यांग धी ਅਤੇ 47 ਸਾਲਾਂ ਦੇ ਬਿਮਾਰ ਪੁੱਤਰ ਨਾਲ ਆਪਣੇ ਹੀ ਪਰਿਵਾਰ ਦੁਆਰਾ ਧੋਖਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪਰਿਵਾਰ ਅੱਤ ਦੀ ਗਰੀਬੀ, ਕੁਦਰਤ ਦੀ ਮਾਰ ਅਤੇ ਬਿਮਾਰੀ ਵਾਲਾ ਜੀਵਨ ਨਿਰਵਾਹ ਕਰਦਾ ਪ੍ਰਤੀਤ ਹੋਇਆ। ਜਦੋਂ ਸਾਡੀ ਨਿਊਜ਼ ਟੀਮ ਇਸ ਘਰ 'ਚ ਪੁੱਜੀ ਤਾਂ ਸੁਖਦੇਵ ਕੌਰ ਅਤੇ ਉਸਦੇ ਪੁੱਤ ਨੇ ਦੱਸਿਆ ਕਿ ਉਹਨਾਂ ਦੀ ਸਕੀ ਰਿਸ਼ਤੇਦਾਰ ਔਰਤ ਉਸਦੀ ਮਾਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਲੌਕਡਾਊਨ ਦੌਰਾਨ ਆਪਣੇ ਘਰ ਲੈ ਗਏ ਸੀ, ਜਿੱਥੇ ਲਿਜਾ ਕੇ ਉਸਨੇ ਬਜ਼ੁਰਗ ਔਰਤ ਸੁਖਦੇਵ ਕੌਰ ਦੀ 25 ਲੱਖ ਰੁਪਏ ਕੀਮਤ ਦੀ ਜ਼ਮੀਨ ਦੀ ਰਜਿਸਟਰੀ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਅਤੇ ਉਸਦਾ ਕੋਈ ਪੈਸਾ ਵੀ ਨਹੀਂ ਦਿੱਤਾ। ਹੈਰਾਨੀ ਉਸ ਸਮੇਂ ਹੋਈ ਜਦ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ 1.5 ਮਹੀਨਾ ਪਹਿਲਾਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਿੱਤੀ ਸੀ, ਜਿਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਮੇਰਾ ਨਾਂ ਤਾਂ ਸੁਖਦੇਵ ਕਰਾ। ਤੁਹਾਡੀ ਜ਼ਮੀਨ ਕਿਹਦੇ ਨਾਂ ਤੇ ਚਲੀ ਗਈ? ਪੋਤਰਾ ਉਹਦਾ। ਕਿਹਦਾ? ਤੁਹਾਡੇ ਕੀ ਲੱਗਦੇ ਆ ਜੀ ਉਹ? ਹੈਂ? ਤੁਹਾਡੇ ਕੀ ਲੱਗਦੇ ਆ? ਲੱਗਦੀ ਆ ਭੈਣੋ। ਤੁਹਾਡੀ ਕੀ ਲੱਗਦੀ ਹੈ ਜੀ? ਭੈਣੋ। ਅਤੇ ਜ਼ਮੀਨ ਕਿਹਨੇ ਨਾ ਕਰਾ ਲਈ ਫਿਰ? ਉਹਦੇ ਪੋਤਰੇ ਨੇ। ਤੁਸੀਂ ਪੈਸੇ ਲਏ ਆ ਉਹਨਾਂ ਤੋਂ ਜ਼ਮੀਨ ਵੇਚ? ਤਾਂ ਕੁਝ ਨਹੀਂ ਲਿਆ। ਤੁਹਾਨੂੰ ਕੁਛ ਪੈਸਾ ਦਿੱਤਾ ਉਹਨਾਂ ਨੇ? ਨਹੀਂ ਕੁਛ ਦਿੱਤਾ ਸਾਨੂੰ। ਕਿੰਨੀ ਜ਼ਮੀਨ ਨਾ ਕਰਾ ਲਈ ਉਹਨਾਂ ਨੇ? ਉਹਨਾਂ ਨੇ ਕਰਾ ਲਈ ਕਿੰਨੀ ਸੀ? 1 ਕਿੱਲਾ। ਹਰਭਗਵਾਨ ਸਿੰਘ ਨਾਂ ਜੀ ਮੇਰਾ, ਗੁਰਦੀਪ ਸਿੰਘ ਦਾ ਮੁੰਡਾ, ਮੇਰੀ ਮਾਸੀ ਹੀਰੀਆਂ, ਮੇਰੀ ਭੈਣ ਨੂੰ ਅਤੇ 50, ਭੈਣ ਵੀ ਮੇਰੀ 50, ਅਤੇ ਮਾਤਾ ਵੀ ਮੰਜੇ 'ਤੇ ਪਈ ਆ। ਅਤੇ ਨਸ਼ਾ ਪੱਤਾ ਛਕਾ ਕੇ ਇਹਨਾਂ ਨੇ ਅਤੇ ਪਹਿਲੀ ਧੱਕੇ ਨਾਲ ਮਤਲਬ 1 ਕਿੱਲਾ ਉਹਨਾਂ ਦੇ ਨਾਂ ਸੀਗਾ ਅਤੇ ਉਹ ਨਾਂ ਕਰਾ ਲਈ ਜੀ। ਕਿਹਨੇ ਕਰਾ ਲਈ? ਮੇਰੀ ਮਾਸੀ ਮਲਕੀਤ ਕੌਰ ਨੇ ਜੀ। ਕਿੰਨੇ ਪੈਸੇ ਦਿੱਤੇ ਤੁਹਾਨੂੰ? ਪੈਸਾ ਕੋਈ ਨਹੀਂ ਦਿੱਤਾ ਜੀ ਸਾਨੂੰ। ਕਿੰਨੇ ਕੁ ਦੀ ਜ਼ਮੀਨ ਲੱਗਦੀ ਹੈ ਤੁਹਾਨੂੰ? ਜ਼ਮੀਨ 25-26 ਲੱਖ ਦਾ ਰੇਟ ਹੈਗਾ ਜੀ। ਆਮ ਤੁਹਾਡੇ ਕੋਲ ਕਿੰਨੇ ਪੈਸੇ ਆਇਆ? ਕੋਈ ਪੈਸਾ ਜ਼ਮੀਨ ਵਿੱਚ ਨਹੀਂ ਆਇਆ ਜੀ। ਹੁਣ ਮਾਤਾ ਅਤੇ ਤੁਹਾਡੀ ਭੈਣ ਕਿੱਥੇ ਆ? ਮੇਰੇ ਘਰ ਆ ਜੀ, ਮੈਂ ਸਾਂਭਦਾ ਹੁਣ ਉਹਨਾਂ ਨੂੰ ਜੀ। ਕਿਹੋ ਜੀ ਕੀ ਹਾਲਤ ਆ ਮਾਂ ਦੀ? ਹਾਂਜੀ, ਹਾਲਤ ਬਹੁਤ ਗੰਭੀਰ ਆ ਜੀ ਉਹਨਾਂ ਦੀ ਤਕਰੀਬਨ। ਕੀ ਬਿਮਾਰੀ ਆ ਮਾਤਾ ਨੂੰ? ਉਹਨੂੰ ਤਰੰਗ ਦਾ ਮਾੜਾ ਜਿਹਾ ਅਟੈਕ ਹੋ ਗਿਆ ਸੀਗਾ ਜੀ। ਭੈਣ ਤੁਹਾਡੀ ਕਿਵੇਂ? ਭੈਣ ਮੇਰੇ ਨੂੰ ਭੁੱਲ ਗਿਆ ਹੋ ਗਿਆ ਸੀਗਾ ਜੀ, ਸਿਸਟਰ ਨੂੰ ਮੇਰੇ ਨੂੰ। ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਹਾਂ, ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਜੀ। ਇਹਨਾਂ ਦੀ ਪੈਨਸ਼ਨ ਪੁਨਸ਼ਨ ਲੱਗ ਜੇ ਤਾਂ ਚੰਗਾ, ਪਹਿਲੀ ਤਾਂ ਹੁਣ ਲੈ ਗਏ ਜੀ ਮੇਰੀ, ਪਹਿਲੀ ਵਾਪਸ ਆ ਗਏ ਜੀ ਮੇਰੀ, ਮੇਰੇ ਨਾਂ ਕਰਾ ਦੇਣ ਪਹਿਲੀ। ਉੱਥੇ ਹੀ ਜਦ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੇਵ ਕੌਰ ਨਾਂ ਦੀ ਬਜ਼ੁਰਗ ਮਹਿਲਾ ਵੱਲੋਂ ਸ਼ਿਕਾਇਤ ਸੀ, ਕੀ ਇਹ ਮਾਮਲਾ ਤੁਹਾਡੇ ਧਿਆਨ 'ਚ ਹੈ ਜੀ? ਹਾਂਜੀ, ਮੇਰੇ ਧਿਆਨ 'ਚ ਆ। ਸਾਡੇ ਕੋਲ ਇੱਕ ਦਰਖਾਸਤ ਆਈ ਆ ਅਤੇ ਜਿਹਦੀ ਪੜਤਾਲ ਜਾਰੀ ਆ, ਦੌਰਾਨੇ ਪੜਤਾਲ, ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਊਗੀ। ਪ੍ਰਾਈਮ ਉਹਦੇ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਖੇੜਾ ਦੀ ਰਿਪੋਰਟ।